भारत के राष्ट्रीय पशु शेर के बच्चों की गिनती में हाल ही के सालों में काफ़ी वाधा होया। देश में दूजी सब तो वड्डी गिनती करनाटक में है क्योंकि उनकी आबादी वध गई है। मध्य प्रदेश कुल 526 बाघों नाल पहले स्थान पर है जबकि उत्तराखंड में 442 बाघ ने। कावेरी वाइल्ड लाइफ सेंचुरी की ताज़ा टाइगर गणना के मुताबिक करनाटक राज 526 शेर ने अते उन्हां विचों 371 मलेंदू खेतर विच ने। कावेरी वाइल्ड लाइफ सेंचुरी अते विज्ञानी उलास कारंत वल्लों करवाए गए एक सर्वेखण विच मलेंदू खेतर विच बाघ की कुल संख्या बारे अंकड़े प्रदान किए गए जिसने जंगली जीव संभाल प्रोजेक्टां नूं विज्ञानक पहलू दित्ती। साल 1986 विच टाइगर सर्वेखण के काम की विज्ञानिक ढंग नाल कोशिश की गई सी पर ढुकवीं टैक्नोलॉजी की घाट ने उस समय दौरान सर्वेखण नूं मुश्किल बना दिता। उस साल जनगणना में सिर्फ 86 बाघ पाए गए सन जबकि हुण इस खेतर में बाघों की गिनती वध के 371 हो गई है। इन्हां विचों 42 विचों 37 शेर चिकमंगलूर जिले के भदड़ा सेंचुरी में मौजूद ने। चिकमंगलूर खेतर दे आले दुआले पहली मरदमशुमारी विच सिर्फ 86 बाघ पाए गए सन। हुण बाघां दी गिनती 86 तो वध के 371 हो गई है। नंतर ईग अवर इष्टु वर्षगळ दीर्घवादंतह ओंदु संशोधनेयल्लि कंडुबरुवंतद्दु 371 हुलिगळ ओंदु स्थळक्के ಆ ಸ್ಥಾನಕ್ಕೆ ನಮ್ಮ ಪ್ರದೇಶಗಳಲ್ಲಿ ಹುಲಿಗಳು। ಪಿಛಲೇ ಸಾಲ ಪ್ರಧಾನಮಂತ್ರಿ ನರೇಂದ್ರ ಮೋದಿ ನೇ ವಿಶ್ವ ಟೈಗರ್ ದಿಹಾಡಿ ತೆ 2018 ದಿ ಚೌಥಿ ಟೈಗರ್ ಮರ್ದಮ್ ಶುಮಾಯಿ ರಿಪೋರ್ಟ್ ಜಾರಿ ಕೀತಿ ಸಿ। ಇಸ್ ರಿಪೋರ್ಟ್ ದೇ ಮುತಾಬಕ ಭಾರತ ವಿಚ 2967 ಟೈಗರ್ ನೇ। ಇಸ್ ದಾ ಅರ್ಥ ಹೈ ಕಿ ವಿಶ್ವ ದೇ 75% ಟೈಗರ್ ಭಾರತ ದೇ ಜಂಗಲಾ ವಿಚ ಮೌಜೂದ ನೇ। ಇಹ ಭಾರತ ನೂ ದುನಿಯಾ ದೇ ಬಾಗਾਂ ਲਈ ਸਭ ਤੋਂ ਸੁਰੱਖਿਅਤ ਸਥਾਨ ਬਣਾਉਂਦਾ ਹੈ। ਇਹੀ ਕਾਰਨ ਹੈ ਕਿ ਸਾਲ 2018 ਦੀ ਟਾਈਗਰ ਗਣਨਾ ਨੂੰ ਗਿਨੀਸ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਵੀ ਸਥਾਨ ਮਿਲਿਆ। ਮਾਹਰ ਕਹਿੰਦੇ ਨੇ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਕੈਮਰਾ ਟ੍ਰੈਪਿੰਗ ਜੰਗਲੀ ਜੀਵਨ ਦਾ ਸਰਵੇਖਣ ਸੀ। ਚਿਕਮੰਗਲੂਰ ਖੇਤਰ ਵਿੱਚ ਸ਼ੇਰ ਦੀ ਆਬਾਦੀ ਵਧਣ ਦੇ ਬਹੁਤ ਸਾਰੇ ਕਾਰਨ ਨੇ। ਮੁੱਖ ਕਾਰਨ ਸ਼ੇਰ ਦੀ ਚਿੰਤਾ, ਰੱਖਿਆ ਪ੍ਰਣਾਲੀ ਦੀ ਘਾਟ ਅਤੇ ਮਨੁੱਖੀ ਦਖਲ ਹੈ। ਭਾਰਤ ਵਿੱਚ ਸਾਲ 2018-19 ਵਿੱਚ ਕੀਤਾ ਗਿਆ ਬਾਘ ਦਾ ਸਰਵੇ ਸਰੋਤ ਅਤੇ ਜਾਣਕਾਰੀ 'ਤੇ ਆਧਾਰਿਤ ਸੀ। ਸੂਬੇ ਦੀ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਕੁੱਲ 26,838 ਸਥਾਨਾਂ 'ਤੇ 141 ਕੈਮਰਾ ਟ੍ਰੈਪਿੰਗਸ ਲਗਾਏ ਗਏ ਸਨ। ਇਹਨਾਂ ਕੈਮਰਿਆਂ ਵਿੱਚ ਸਥਾਪਿਤ ਮੋਸ਼ਨ ਸੈਂਸਰਸ ਨੇ ਬਾਘ ਦੀ ਹਰ ਹਰਕਤ ਨੂੰ ਪੂਰੀ ਤਰ੍ਹਾਂ ਕੈਦ ਕੀਤਾ। ਇਸੇ ਤਰ੍ਹਾਂ 121,337 ਵਰਗ ਕਿਲੋਮੀਟਰ ਦੇ ਸਰਵੇਖਣ ਦੇ ਨਤੀਜੇ ਪ੍ਰਾਪਤ ਹੋਏ। ਚਿਕਮੰਗਲੂਰ ਜ਼ਿਲ੍ਹੇ ਵਿੱਚ ਬਾਘਾਂ ਦੀ ਆਬਾਦੀ ਹਰ ਸਾਲ ਵੱਧ ਰਹੀ ਹੈ। ਮੁੱਖ ਕਾਰਨ ਬਾਘਾਂ ਲਈ ਚਿੰਤਾ ਅਤੇ ਦੇਖਭਾਲ ਦੇ ਨਾਲ ਇਹਨਾਂ ਹਿੱਸਿਆਂ ਵਿੱਚ ਮਨੁੱਖੀ ਦਖਲ ਦੀ ਘਾਟ ਹੈ। ਮੁੱਖ ਕਾਰਨ ਬਾਘਾਂ ਲਈ ਚਿੰਤਾ ਅਤੇ ਦੇਖਭਾਲ ਦੇ ਨਾਲ ਇਹਨਾਂ ਹਿੱਸਿਆਂ ਵਿੱਚ ਮਨੁੱਖੀ ਦਖਲ ਅੰਦਾਜ਼ੀ ਦੀ ਘਾਟ ਹੈ। ਇਹਨੂੰ ਸੰਰਕਸ਼ਣੇ ਦ੍ਰਿਸ਼ਟੀਂ ਨੋਡਿਰੋਦ ਇਲ್ಲಿ ಹುಲಿಯ ಸಂತತಿ ದಿನೇ ದಿನೇ ಹೆಚ್ಚುತ್ತಿದೆ। ਸਾਲ 2006 ਦੀ ਮਰਦਮਸ਼ੁਮਾਰੀ ਵਿੱਚ ਦੇਸ਼ ਵਿੱਚ ਤਕਰੀਬਨ 1,411 ਬਾਘ ਸਨ। ਸਾਲ 2010 ਅਤੇ 2014 ਦੀ ਮਰਦਮਸ਼ੁਮਾਰੀ ਮੁਤਾਬਕ ਇਹ ਗਿਣਤੀ ਕ੍ਰਮਵਾਰ 1706 ਅਤੇ 2,226 ਹੋ ਗਈ। ਇਸ ਨਾਲ ਬਾਘਾਂ ਦੀ ਆਬਾਦੀ ਅਤੇ ਸੰਭਾਲ ਵਿੱਚ ਭਾਰੀ ਵਾਧਾ ਹੋਇਆ। ਸਾਲ 2006 ਤੋਂ ਦੇਸ਼ ਵਿੱਚ ਹਰ 4 ਸਾਲਾਂ ਵਿੱਚ ਬਾਘਾਂ ਦੀ ਇੱਕ ਮਰਦਮਸ਼ੁਮਾਰੀ ਕੀਤੀ ਜਾਂਦੀ ਹੈ। ਨੈਸ਼ਨਲ ਟਾਈਗਰ ਕਨਵੈਨਸ਼ਨ ਅਥਾਰਟੀ, ਸਵੈ ਸੇਵੀ ਸੰਸਥਾਵਾਂ ਅਤੇ ਵਾਈਲਡ ਲਾਈਫ ਆਰਗਨਾਈਜੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਟਾਈਗਰਾਂ ਦੀ ਮਰਦਮਸ਼ੁਮਾਰੀ ਕਰਦੀ ਹੈ। ਸ਼ਹਿਰੀਕਰਨ, ਜੰਗਲਾਂ ਦੀ ਕਟਾਈ ਅਤੇ ਮਨੁੱਖੀ ਦਖਲ ਕਾਰਨ ਸਾਲ 2012 ਤੋਂ ਸਾਲ 2019 ਤੱਕ ਭਾਰਤ ਵਿੱਚ 750 ਤੋਂ ਵੱਧ ਬਾਘਾਂ ਦੀ ਮੌਤ ਹੋ ਚੁੱਕੀ ਹੈ। RTI ਦੀ ਰਿਪੋਰਟ ਦੇ ਮੁਤਾਬਕ ਮੱਧ ਪ੍ਰਦੇਸ਼ ਸੂਬੇ ਵਿੱਚ 173 ਬਾਘਾਂ ਦੀ ਮੌਤ ਹੋ ਗਈ। ਮਹਾਰਾਸ਼ਟਰ ਰਾਜ ਵਿੱਚ 125 ਬਾਘ ਅਤੇ ਕਰਨਾਟਕ ਰਾਜ ਵਿੱਚ 111 ਬਾਘਾਂ ਦੀ ਮੌਤ ਹੋਈ। ਬਿਊਰੋ ਰਿਪੋਰਟ, ETV ਭਾਰਤ।
To watch 24/7 News Live, download ETV Bharat app.